ਕੱਲ ਸ਼ਾਮ ਨੂੰ ਅਸੀਂ ਚੁਰਤਾਲੀ ਜਾਵਾਂਗੇ ਮੈਂ ਆਪਣੇ ਘਰ। ਅਸਲਾਮ ਅਲੈਕੁਮ, ਕਿੱਦਾਂ? ਵਧੀਆ ਹੋ ਸਾਰੇ? ਠੀਕ ਠਾਕ ਹੋ? ਅੱਜ ਅਸੀਂ ਸਾਗ ਸੁੱਖ ਖਾ ਕੇ ਅਤੇ ਸਾਗ ਵਰਗੇ ਬਣ ਕੇ ਅਤੇ ਸਾਗ ਦੇ ਵਿੱਚੋਂ ਲੰਘ ਕੇ ਸਾਗ ਦੇ ਵਿੱਚ ਆ ਗਏ ਹਾਂ। ਅਤੇ ਜੀ ਇੱਥੇ ਵੱਢ ਹੋ ਰਹੇ ਸੀ ਪੱਠੇ, ਅਤੇ ਜੀ ਸਾਡੇ ਕਜ਼ਨ ਹੀ ਆ, ਇਹ ਪੱਠੇ ਵੱਢ ਰਹੇ ਸੀ। ਅਸੀਂ ਇਹਨਾਂ ਦੀ ਇਜਾਜ਼ਤ ਲਈ, ਅਸੀਂ ਕਿਹਾ ਵੀ ਦੱਸੋ ਅਗਰ ਤੁਹਾਡੀ ਵੀਡੀਓ ਬਣਾ ਲਈਏ। ਅਤੇ ਉਹ ਕਹਿੰਦੇ ਜੀ ਅਸੀਂ ਕਿਹੜਾ ਕੁੜੀਆਂ ਵਾਂ ਜਿਨ੍ਹਾਂ ਨੇ ਸ਼ਰਮਾਉਣਾ ਵਾਂ, ਬਣਾਓ ਬਣਾਓ ਬਣਾਓ। ਸੋ ਫਿਰ ਅਸੀਂ ਇਹਨਾਂ ਦੇ ਨਾਲ ਵੀਡੀਓ ਬਣਾਉਣ ਲੱਗ ਪਏ, ਅਤੇ ਨਾਲ ਅਸੀਂ ਕਿਹਾ ਚਲੋ ਜੀ ਤੁਹਾਨੂੰ ਵੀ ਦਿਖਾਉਂਦੇ ਹਾਂ। ਵੈਸੇ ਤਾਂ ਦੇਖਿਆ ਹੀ ਹੋਏਗਾ ਪੱਠੇ ਵੱਢਦੇ, ਲੇਕਿਨ ਸਾਡੇ ਕਜ਼ਨਾਂ ਨੂੰ ਵੀ ਦੇਖ ਲਓ ਜੀ। ਇਹ ਨਾ ਹੋਵੇ ਤੁਸੀਂ ਬਾਅਦ 'ਚ ਕਹੋ ਜੀ ਤੁਸੀਂ ਤਾਂ ਦਿਖਾਇਆ ਹੀ ਨਹੀਂ ਪੱਠੇ ਵੱਢਦੇ। ਅਤੇ ਜੀ ਜਨਾਬ ਇੱਥੇ ਜੀ ਪੱਠੇ ਵੱਢ ਹੋ ਰਹੇ ਸੀਗੇ ਜਾਨਵਰਾਂ ਨੂੰ ਡਾਲਣ ਵਾਸਤੇ। ਉਹ ਜਿਹੜੇ ਭਾਈ ਦੀ ਡੈਥ ਹੋਈ ਆ ਉਹਨਾਂ ਦੇ ਜਾਨਵਰਾਂ ਨੂੰ ਡਾਲਣ ਲਈ ਅੰਕਲ ਜੀ ਅਤੇ ਕਜ਼ਨ ਆ ਇੱਕ, ਉਹ ਪੱਠੇ ਵੱਢ ਰਹੇ ਸੀ ਚਾਰਾ ਵਗੈਰਾ ਕਿ ਉਹਨਾਂ ਨੂੰ ਡਾਲ ਦਿੱਤਾ ਜਾਵੇ। ਅਤੇ ਜੀ ਅਸੀਂ ਵੈਸੇ ਇੱਧਰ ਨੂੰ ਫਿਰਨ ਆਏ ਸੀ, ਕੁਛ ਮੈਂ ਵੀਡੀਓ ਅਪਲੋਡ ਕਰਨੀ ਸੀ, ਕੁਛ ਫਿਰ ਮੈਨੂੰ ਵੀਡੀਓ ਬਣਾਉਣ ਦਾ ਵੀ ਮੌਕਾ ਮਿਲ ਗਿਆ। ਅਸੀਂ ਕਿਹਾ ਚਲੋ ਬਣਾਉਂਦੇ ਹਾਂ ਵੀਡੀਓ ਅਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਕਿ ਜੀ ਗਾਓ ਦੇ ਲੋਕ ਬਹੁਤ ਬਹੁਤ ਮਿਹਨਤੀ ਹੁੰਦੇ ਆ। ਇਹ ਵਿਚਾਰੇ ਸਾਰਾ ਦਿਨ ਫ੍ਰੀ ਨਹੀਂ ਹੁੰਦੇ, ਅਸੀਂ ਜਿਹੜੇ ਕੰਮ ਕੁੰਮ ਕਰਕੇ ਬੈਠ ਜਾਂਦੇ, ਇਹਨਾਂ ਵਿਚਾਰਿਆਂ ਦਾ ਕੰਮ ਸਟਾਰਟ ਹੁੰਦਾ ਵਾ, ਕਦੀ ਜਾਨਵਰਾਂ ਦਾ ਕਰਨਾ ਹੁੰਦਾ ਵਾ, ਘਰ ਦਾ ਚਾਰੇ ਵਗੈਰਾ ਦਾ, ਯਾਨੀ ਕਿ ਬੱਚਿਆਂ ਦੀ ਤਰ੍ਹਾਂ ਪਾਲਣਾ ਪੈਂਦਾ ਜਾਨਵਰ ਨੂੰ ਵੀ। ਅਤੇ ਇਸ ਵਜ੍ਹਾ ਤੋਂ ਵਿਚਾਰੇ ਸਾਰਾ ਦਿਨ ਇਹਨਾਂ ਦੀ ਤਕਰੀਬਨ 24 ਘੰਟੇ ਦੀ ਸਰਵਿਸਿਜ਼ ਹੁੰਦੀਆਂ ਵਿਚਾਰੇ ਦੀ, ਕਦੀ ਪਾਣੀ ਲਗਾਉਣਾ, ਕਦੀ ਕੋਈ, ਇਹਨਾਂ ਦਾ ਬਹੁਤ ਜ਼ਿਆਦਾ ਕੰਮ ਹੁੰਦਾ। ਅਤੇ ਮੈਂ ਦਾਤ ਦਿੰਦੀ ਹਾਂ, ਯਕੀਨ ਕਰੋ ਸਾਡੇ ਫੀਮੇਲਸ ਨਾਲੋਂ ਜਿਹੜੀਆਂ ਇੱਥੇ ਘਰ ਦਾ ਕੰਮ ਕਰਦੀਆਂ ਉਹਨਾਂ ਨਾਲੋਂ ਮੇਲਸ ਵਿਚਾਰੇ ਬਹੁਤ ਜ਼ਿਆਦਾ ਫਸਦੇ ਆਪਣੀ ਲਾਈਫ ਦੇ ਵਿੱਚ। ਇਹ ਬਹੁਤ ਜ਼ਿਆਦਾ ਇਹਨੂੰ ਸਟਰਗਲ ਵੀ ਕਰਨੀ ਪੈਂਦੀ ਅਤੇ ਇਹਨਾਂ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਵਾ। ਅਤੇ ਬਸ ਡੇਰੇ 'ਤੇ ਜੀ ਅਸੀਂ ਇਹਨਾਂ ਕੋਲ ਪੱਠੇ, ਇਹਨਾਂ ਨੇ ਤਾਂ ਵਿਚਾਰਿਆਂ ਨੇ ਆਪ ਹੀ ਕੱਟੇ, ਰਸਤੇ ਨਹੀਂ ਕੱਟੇ, ਲੇਕਿਨ ਇਹਨਾਂ ਦੇ ਪੱਠੇ ਕੱਟਦੇ ਕੱਟਦੇ ਅਸੀਂ ਨਾਲ ਆਪਣੇ ਬਹੁਤ ਸਾਰੇ ਫੋਟੋ ਸ਼ੂਟ ਵੀ ਕੀਤੇ। ਅਤੇ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਚਲੋ ਜੀ ਘਰ ਨੂੰ ਚੱਲੀਏ, ਇਸ ਤੋਂ ਪਹਿਲੇ ਕਿ ਘਰ ਵਾਲੇ ਸਾਨੂੰ ਗਾਲਾਂ ਕੱਢਣ ਲੱਗ ਪੈਣ। ਇਹ ਗਈਆਂ ਵਾਂ ਅਤੇ ਉੱਥੇ ਹਰਿਆਏ ਹੀ ਪੱਠੇ ਵੱਢ ਕੇ ਪਾਉਣ ਲੱਗ ਪਈਆਂ ਵਾਂ, ਜਦੋਂ ਕਿ ਸਾਨੂੰ ਤਾਂ ਹਜੇ ਦਾਤਰੀ ਵੀ ਚਲਾਉਣੀ ਨਹੀਂ ਆਉਂਦੀ। ਖੈਰ ਜੀ ਜਨਾਬ, ਉਸ ਤੋਂ ਬਾਅਦ ਅਸੀਂ ਘਰ ਦਾ ਰੁੱਖ ਕੀਤਾ ਅਤੇ ਸੁਬਾਹ ਦਾ ਟਾਈਮ ਸੀ, ਬਹੁਤ ਜ਼ਿਆਦਾ ਸੁਬਾਹ ਤਾਂ ਨਹੀਂ ਸੀ, ਲੇਕਿਨ ਇਹ ਕਿ ਸ਼ਾਮ ਹੋਣ ਵਾਲੀ ਸੀ। ਅਸੀਂ ਕਿਹਾ ਅਸੀਂ ਘਰ ਚਲ ਜਾਈਏ ਇਸ ਤੋਂ ਪਹਿਲੇ ਕਿ ਘਰ ਵਾਲੇ ਸਾਨੂੰ ਲੈਣ ਇੱਥੇ ਹੀ ਪਹੁੰਚ ਜਾਣ। ਪਹਿਲੇ ਵੱਢੇ ਆ ਵੱਢ ਕੇ, ਹੁਣ ਤਾਂ ਜੀ ਇਹ ਭਰੀਆਂ ਪਾਉਣੀਆਂ ਵਾ, ਯਾਨੀ ਕਿ ਉਠਾ ਕੇ ਅਤੇ ਪੱਲੀ ਵਗੈਰਾ 'ਚ ਰੱਖ ਕੇ ਜਾਂ ਕਿਸੇ ਵੀ ਕੱਪੜੇ ਦੇ ਵਿੱਚ ਰੱਖ ਕੇ ਅਤੇ ਫਿਰ ਇਹਨੂੰ ਜਾਨਵਰਾਂ ਦੇ ਅੱਗੇ ਪਾ ਦੇਣਗੇ। ਨਹੀਂ, ਪਹਿਲੇ ਸੱਚ ਕੁਤਰਨਗੇ, ਪਹਿਲੇ ਪੱਠੇ ਕੁਤਰਨੇ ਆ ਮਸ਼ੀਨ 'ਤੇ, ਉਸ ਤੋਂ ਬਾਅਦ ਜਿਹੜਾ ਵਾ ਇਹਨੂੰ ਜਾਨਵਰਾਂ ਨੂੰ ਡਾਲ ਦੇਣਗੇ। ਹਲੋ ਜੀ, ਸਾਡੇ ਲਈ ਇੱਕ ਹੋਰ ਡਿਸੀ ਦਾ ਸਮਾਨ ਕਿ ਸਾਡੇ ਕੋਲ ਘਰਾਂ ਦੇ ਕੰਮ ਨਹੀਂ ਹੁੰਦੇ ਅਤੇ ਇਹਨਾਂ ਨੇ ਖੁਦ ਹੀ ਮਸ਼ੀਨ ਲਗਾ ਕੇ ਅਤੇ ਪੱਠੇ ਵੀ ਕੁਤਰ ਲਏ। ਅਤੇ ਆ ਇੱਦਾਂ ਗਿਰਦੇ ਪੱਠੇ ਇੰਨੇ ਪਿਆਰੇ ਮਜ਼ੇ ਦੇ ਲੱਗ ਰਹੇ ਸੀ ਨਾ, ਸੋਹਣੇ ਲੱਗ ਰਹੇ ਸੀ, ਜਿੱਦਾਂ ਬਾਰਿਸ਼ ਹੋ ਰਹੀ ਹੁੰਦੀ ਆ। ਲਓ ਜੀ, ਇਹਨਾਂ ਨੇ ਤਾਂ ਫਿਰ ਦੁਬਾਰਾ ਜੀ ਪੱਠੇ ਵਗੈਰਾ ਖੁਦ ਹੀ ਇਕੱਲਿਆਂ ਨੇ ਚੁੱਕ ਕੇ ਅਤੇ ਜੀ ਆਪਣੇ ਜਾਨਵਰਾਂ ਨੂੰ ਵੀ ਪਾ ਲਏ ਅਤੇ ਅਸੀਂ ਇੱਥੇ ਬੈਠੇ ਗੱਲਾਂ ਹੀ ਕਰੀ ਜਾਂਦੇ ਹਾਂ। ਲਓ ਜੀ ਜਨਾਬ, ਇੱਥੇ ਬੱਚੇ ਅਤੇ ਬੱਚੇ ਵੱਡੇ ਵੀ ਜਿਹੜੇ ਅਮਰੂਦਾਂ ਨੂੰ ਚਿਪਕੇ ਹੋਏ ਸੀ ਅਤੇ ਫਰੂਟ ਕੋਈ ਚੀਜ਼ ਹੀ ਐਸੀ ਆ ਕਿ ਜਿਹਨੂੰ ਦੇਖ ਕੇ ਅਤੇ ਖੁਦ ਹੀ ਖੁਦ ਦਿਲ ਜਿਹੜਾ ਵਾ ਉਹ ਬੱਚਾ ਹੀ ਬਣ ਜਾਂਦਾ। ਦਿਲ ਤੇ ਬੱਚਾ ਹੈ ਜੀ, ਮਨ ਕਾ ਕੱਚਾ ਹੈ ਜੀ। ਬਸ ਫਿਰ ਜੀ ਇੱਥੋਂ ਨਿਕਲਦੇ ਨਿਕਲਦੇ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਸੀ। ਅਸੀਂ ਕਿਹਾ ਚਲੋ ਅਸੀਂ ਆਪ ਵੀ ਦੇਖਦੇ ਹਾਂ ਅਤੇ ਨਾਲ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ। ਅਤੇ ਜੀ ਆ ਇਹਨਾਂ ਦੀਆਂ ਮੱਝਾਂ, ਬੱਕਰੀਆਂ ਤਾਂ ਲੰਘ ਗਈਆਂ, ਮੱਝਾਂ ਉਹ ਸੋ ਰਹੀਆਂ ਸੀ। ਰਾਤ ਇਹਨਾਂ ਦਾ ਜਗਰਾਤਾ ਸੀ, ਇਸ ਵਜ੍ਹਾ ਤੋਂ ਇਹ ਰਾਤ ਨਹੀਂ ਸੋ ਸਕੀਆਂ ਅਤੇ ਹੁਣ ਦਿਨ ਨੂੰ ਸੋ ਰਹੀਆਂ ਵਾਂ। ਅਸੀਂ ਜੋ ਦਿਨ ਨੂੰ ਹੈਗੇ ਇਹਨਾਂ ਦੇ ਪਹਿਰੇਦਾਰੀ ਕਰਨੇ ਨੂੰ। ਲਓ ਜੀ, ਸਾਡੇ ਗੱਲਾਂ ਕਰਦੇ ਕਰਦੇ ਇੱਧਰ ਫਰੈਸ਼ ਪੱਠੇ ਵੀ ਆ ਗਏ ਆ ਅਤੇ ਜਿੱਧਰ ਗਾਈਆਂ ਦੇ ਕਮੂੰਹ ਚੁੱਕ ਚੁੱਕ ਕਿੱਦਾਂ ਦੇਖਣ ਦਈਆਂ, ਭੁੱਖ ਲੱਗੀ ਲੱਗਦਾ। ਤੇ ਫਿਰ ਕੀ ਆ, ਇਹ ਜਾਨਵਰੋ ਕਾ ਆਊਟ ਗੋਇੰਗ ਆਊਟ ਫੂਡ ਨਹੀਂ, ਇਹ ਜਾਨਵਰੋ ਦੀ ਫੋਟੀ ਜਾਨਵਰੋ ਕੇ ਗੋਬਰ ਆ ਖਾ ਜੇ ਬੈਸ ਨਹੀਂ ਆਦੇ ਉਹਨਾਂ ਦੇ ਛੱਤਾਂ ਦੀ ਅੱਖਾਂ ਵਾਂ ਦੇ ਰੇ ਬੈਸ ਹੈ ਕਿਨਾਂ ਨਹੀਂ ਜੇ ਬੁਰੀ ਬੈਸ ਹੈ ਜੇ ਬੁਰੀ ਬੈਸ ਹੈ ਨਾ ਬੁਰੀ ਬੁਰੀ ਬੈਸ ਹੈ ਬੁਰੀ ਕੀ ਮਾਲ ਵੀ ਬਣਾਈ ਦੇ ਨਾ ਸਭ ਤੋਂ ਅੱਗੇ ਆ ਜਾ ਐਨਾਂ ਦੇ ਸਾਲ ਦੇ ਉੱਥੇ ਥੋੜੀਆਂ ਨਹੀਂ
इन वापस भेज दे। तो खोल दरवाजा खोल पर तो पिछड़ो दस्यो जी फिर तुहानू किन्ना किन्ना जानवरों को डर लगता वा। इत्थे पिछली साइड दे इन्हां दे जिहड़ा वा थोड़ी जी फ्रूट वगैरह लगे हुए सीगे यानी जमीन सी इन्हां दी जिथे इन्होंने सब्जियां वगैरह बीजियां सी ते कुछ कुछ इत्थे फ्रूट्स दे दरख्त भी सीगे। ये सच्ची है क्या कोई देखता तो नहीं कच्चे अमरूद खा खा के बच्चों को खांसी लगी हुई सी ते जी जनाब आ जेड़ा इत्थे लसन बीजा वा नाल धनिया वा बढ़िया होड़ी गल। अच्छा आ पोट लवा हजे तो बेचारी कमजोर कमजोर आ हाला मुली अभी तोड़ ला दूध भी खा रहे लसन दबा के चापड़ा पे बस ये सारे इधर लहसुन लगे हुए थे और वो सारे अमरूद के ना पौधे थे और इतने मज़े के अमरूद लगे हुए थे ना भरा पड़े थे पौधे। बस जी असी हूँ घर जाते जाते दोपहर दे आए हुए थे यार रात शाम हो गई सी ते अजे असी इत्थे तुरे फिरदे सी घूम फिर रहे सी ते जी मज़े लुट रहे सी गाँव दे लोग जड़े आ देखो जी बस शाम के टाइम के पट्ठे वगैरह चारा वगैरह लैके जानवरों का तो जा रहे थे वो हजे शाम तो जा रहे थे असी इत्थे जे डेरे ते जो घूमते फिरते नहीं रात पा दी थी फिर जड़े गाँव वाले होंगे इन्हों का भी शाम का काम स्टार्ट हो जाता वा जानवरों का क्योंकि जानवरों इन्होंने चारा शाम को भी डालना हों वा सुबह में भी डालना हों जिदा अं खाना तीन टाइम खाने उदा ही तो इन्होंने फिर धारा वगैरह भी निकलवानिया होंदिया वा कोई खुद निकाल लेंगे आ कोई जड़े आ निकलवाते मगर अब टाइम हो गया तो हूँ जी भाई धारा कढ़न लगे आ उसे भूख लगी हुई है ना तो पता नहीं कहाँ है। ओए माविया कौन ले गया इन्हें उठे ओ मतीन टोबी आ इधर आजा वापस आजा वापस 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 आया कौन ले गया इन्हें तू जी गई थी पहले सारे गए तू वापस आजा वाह मोमना में गई बेटा वो तू लग जाता उठू नहीं लग जाता बस वो इतनी नीचे पाऊं ये क्या किया वो ये क्या किया गया नहीं पट्ठों में पानी था वो पट्ठों में पानी था हैं पट्ठों पानी था पत्ते थे गीले बस जी इधर फिर धारा कट होने लग पीगियाँ तो लोगों के शाम के काम शुरू हो गए थे इधर रात पैन लग पे सी सूरज सब जी डुब गए सी ते असी हजे डेरे ते सीगे इतने आ के छोटी छोटिया चीज़ा देखने दे विच इन्ना मज़ा आता वा कि घर जाने दिल नहीं करता तो बट ये कि जाना सीगा शाम बहुत ज़्यादा हो रही सी तो सानू घर वालिया ने जो भेजा से उस तो बाद हूँ जो असी घर जाना से तो साड़ी अच्छी खासी क्लास लगनी सी कि तुसी उत्थे सारी दिहाड़ी गवाती ते पिछे एस एफ साहब वगैरह भी आ गए सी बच्चे भी आ गए सीगे ते जिन्हां नूं नहीं भी पता लगना सी भी असी उत्थे गए हुए हां उन्हां नूं भी पता लग गया हुण आ के जी घर है नहीं गए पूरे मैंबर जिहड़े आ इत्थों घरों गए वा आ कणक भी आ देखो किड्डी किड्डी वड्डी हो गई सीगी ते हुण होर दो महीनियां नूं इंशाअल्लाह बशर ते जिंदगी अनुसार करिए ते आ जिहड़ी गंदम आ इह लोकां दे भड़ोलियां दे विच हुणी सी हुणी आ ते फिर असी यह पूरा साल खानी आ दो किलो दूध।
आ देखो जी इधर साग वड्डा होके राया बन गया सी, पर सब्जी दी जड़ी लुक आ ना बहुत प्यारी लगती है, बहुत ही जबरदस्त मंजर लगता वा। देखो इधरों शाम का टाइम हो रहा वा ते राया सब्ज जा, इधर इन्हों तारा भी कंप्लीट हो गई वा। हूँ मेरा ख्याल है कि असं सारे कट्ठे घर में जावे तो शायद इन्होंने असं बच जाइए, इधर बच्चे जो रेड़ी पर चढ़न गए बचो तले ना डै पवाए चा दूसरे भाई दे जानवर इन्हे भी एक बच्चा हैगा वा ते जी आ हैगा किसी की जबान दे विच छप्पड़ ते किसी दे टोबी, जानवर पानी पिलाने लई बनाई जाती है तो वह उधर हसन जड़ा वा फिर डंडिया के नाल अमरूद तोड़िया, एक तो बाद इन्होंने सुबह के अमरूद खा खा के गले खराब कर लिया लेकिन हटते नहीं पे। आज कच्चे हल अमरूद कच्चे नीचे सेल्फी सेल्फी प्लीज, आपकी सेल्फी बन रही है, बकरियों जरा सीधे खड़े हो जाओ, आप कबूतरों कबूतरों की भी पिक्चर बनेगी। बच्चे भजे जाते वापस घर नू, असी जी डेरे की सैर असी भी की थानू भी कराई तो इधर जी गन्ने खा हो रहे सी। इजाजत चाहते हैं, दुआ च याद रखियो, अल्लाह हाफिज।